ਵਿਆਹ ਤੋਂ ਪਹਿਲਾਂ ਵੀ ਤਾਂ ਅਸੀਂ ਇਸ ਘਰ ਦੇ ਵਿੱਚ ਇਕੱਠੀਆਂ ਹੀ ਰਹਿੰਦੀਆਂ ਸੀ। ਉਦੋਂ ਤਾਂ ਕੋਈ ਪਰਛਾਵੇ ਦਾ ਡਰ ਨਹੀਂ ਸੀ। ਜਦੋਂ ਇੱਦਾਂ ਕੋਈ ਮੈਨੂੰ ਬੇਔਲਾਦ ਕਹਿੰਦਾ ਨਾ, ਮੈਂ ਅੰਦਰੋਂ ਟੁੱਟ ਜਾਂਦੀ ਹਾਂ। ਉਹ ਸ਼ਗਨ ਤਾਂ ਉਹ ਵੀ ਨਹੀਂ ਕਰਦਾ ਜਿਹਦੇ ਸਿਰ 'ਤੇ ਆਦਮੀ ਨਹੀਂ ਹੁੰਦਾ, ਪਰ ਮੰਮੀ ਜੀ ਨੇ ਤਾਂ ਸ਼ਗਨ ਕੀਤੇ ਆ ਨਾ। ਮੇਰੇ ਅਨਸਟਿਚ ਸੂਟਾਂ ਵਿੱਚੋਂ ਜਿਹੜਾ ਪਸੰਦ ਆ ਉਹ ਲੈ ਲਓ। ਮਾਸੀ ਜੀ, ਝੂਠ ਨਹੀਂ ਬੋਲੀਦਾ, ਫੜਿਆ ਜਾਂਦਾ ਹੁੰਦਾ। ਫੋਨ ਬੰਦ ਸੀ ਕਿ ਚੱਲਦਾ, ਇਹਨੂੰ ਬੜਾ ਪਤਾ। ਉਹ ਫੋਨ 'ਤੇ ਕਾਲ ਰਿਕਾਰਡਿੰਗ ਵੀ ਲੱਗੀ ਆ, ਚੈੱਕ ਕਰ ਲਵੇ, ਨਿਕਲ ਜੂ ਵਹਿਮ ਸਾਰਾ। ਇੱਕ ਤਾਂ ਗਲਤੀ ਕੀਤੀ ਆ, ਉੱਤੋਂ ਮੰਨਦੀ ਵੀ ਨਹੀਂ, ਬੰਦਾ ਕਹਿ ਦੇਵੇ ਮਾਸੀ ਜੀ ਮੇਰੇ ਕੋਲ ਗਲਤੀ ਹੋ ਗਈ ਆ। ਐਵ ਨਹੀਂ ਕਿ ਮਾਸੀ ਗੁੱਸੇ ਆ, ਕਿਵੇਂ ਹੁੱਬ ਕੇ ਅੰਦਰ ਬਹਿ ਗਈ, ਜਿਵੇਂ ਨੂੰਹਾਂ 'ਤੇ ਅਧੀ ਆਈ ਆ, ਬਸ ਸਾਡੇ ਤਾਂ ਹੈ ਹੀ ਨਹੀਂ। ਸੀਤੋ ਬਸ ਕਰ, ਉਹ ਤਾਂ ਨਿਆਣੀ ਆ, ਉਹ ਤਾਂ ਕਿਹਾ ਗਿਆ ਤੂੰ ਉਈ ਤੱਤੀ ਹੋਈ ਜਾਂਦੀ ਆ। ਨਾ ਤੱਤੀ ਹੋਵਾਂ ਨਾ, ਕੱਲ੍ਹ ਦੀ ਆਈ ਛੋਰੀ ਕਿਵੇਂ ਮੇਰੇ ਅੱਗੇ ਜ਼ੁਬਾਨ ਲੜਾਉਣ ਲੱਗੀ ਆ, ਉਹ ਨੂੰਹ ਮੇਰੀ ਵੀ ਆ, ਮਾਸਾ ਨਹੀਂ ਚੁੱਕਦੀ ਮੇਰੇ ਅੱਗੇ। ਸੀਤੋ ਮਾਫ਼ੀ ਮੰਗਾਉਣੀ ਆ ਨਾ, ਮੈਂ ਉਹ ਤੋਂ ਮਾਫ਼ੀ ਮੰਗਾ ਦਿੰਦੀ ਹਾਂ, ਫਿਰ ਤਾਂ ਠੀਕ ਆ। ਮਾਸੀ ਜੀ, ਗੁੱਸਾ ਤਾਂ ਮੈਨੂੰ ਵੀ ਬਹੁਤ ਆਇਆ ਜਦੋਂ ਮਿੰਦੋ ਤੁਹਾਨੂੰ ਬੋਲੀ ਆ, ਮੈਂ ਉਹਨੂੰ ਹੁਣੇ ਸਿੱਧੀ ਕਰਦੀ ਹਾਂ। ਮਿੰਦੋ, ਇਹ ਮਿੰਦੋ। ਹਾਂਜੀ ਦੀਦੀ, ਤੁਸੀਂ ਮੈਨੂੰ ਆਵਾਜ਼ ਮਾਰੀ ਸੀ? ਹਾਂ ਮਾਰੀ ਸੀ ਆਵਾਜ਼। ਤੂੰ ਨਾ ਆਪਣੀ ਬੋਲੀ ਸੁਧਾਰ ਲਾ, ਹੱਦ 'ਚ ਰਿਹਾ ਕਰ। ਇਹ ਆਪਣਾ ਪੇਕਾ ਘਰ ਨਹੀਂ ਹੈਗਾ, ਸਹੁਰਾ ਘਰ ਆ, ਇੱਥੇ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾ। ਚੱਲ ਮਾਸੀ ਜੀ ਤੋਂ ਸੌਰੀ ਮੰਗ, ਮਾਫ਼ੀ ਮੰਗ ਮਾਸੀ ਜੀ ਤੋਂ। ਮਾਫ਼ੀ? ਪਰ ਕਿਸ ਗੱਲ ਦੀ ਮਾਫ਼ੀ ਮੰਗਣੀ ਆ, ਮੈਨੂੰ ਪਤਾ ਤਾਂ ਲੱਗੇ। ਮਾਫ਼ੀ ਇਸ ਗੱਲ ਦੀ ਜਿਹੜਾ ਤੂੰ ਮਾਸੀ ਜੀ ਦੇ ਮੂਹਰੇ ਬੋਲੀ ਆ। ਪਰ ਕਿਰਨ ਭੈਣੇ, ਮੈਂ ਜੋ ਵੀ ਬੋਲਿਆ ਸੱਚ ਹੀ ਬੋਲਿਆ। ਮਾਸੀ ਜੀ ਨੂੰ ਪੁੱਛ ਲਾ, ਉਹ ਫੋਨ ਤਾਂ ਕਰੋ ਦਾ ਕੱਟਿਆ ਗਿਆ ਸੀਗਾ, ਮਾਸੀ ਜੀ ਝੂਠ ਬੋਲਦੇ ਪਏ ਸੀ। ਬੋਲੋ ਮਾਸੀ ਜੀ, ਫੋਨ ਕੱਟਿਆ ਹੋਇਆ ਸੀ ਕਿ ਨਹੀਂ? ਮਿੰਦੋ, ਤੂੰ ਫਿਰ ਮਾਸੀ ਜੀ ਦੇ ਮੂਹਰੇ ਬੋਲੀ ਜਾਂਦੀ ਆ। ਤੈਨੂੰ ਸਿਖਾਇਆ ਨਹੀਂ ਆਪਣੀ ਮੰਮੀ ਤੇ ਡੈਡੀ ਜੀ ਨੇ ਕੀ ਸਿਖਾਇਆ ਸੀ, ਵੱਡਿਆਂ ਨਾਲ ਜਵਾਨ ਨਹੀਂ ਲੜਾਉਣੀ। ਚੱਲ ਮੰਨਿਆ ਜੇ ਫੋਨ ਕੱਟਿਆ ਵੀ ਗਿਆ ਸੀ, ਮਾਸੀ ਜੀ ਤੋਂ ਝੂਠ ਬੋਲਿਆ ਵੀ ਗਿਆ, ਤਾਂ ਇਹਦਾ ਮਤਲਬ ਇਹ ਥੋੜਾ ਤੂੰ ਮਾਸੀ ਜੀ ਦੇ ਬਰਾਬਰ ਬੋਲੇ, ਨਾਲੇ ਫੋਨ ਕੱਟਿਆ ਗਿਆ ਹੋਇਆ, ਨਾਲੇ ਝੂਠ ਬੋਲਦੀ ਆ, ਯੇ ਵੋ। ਚੱਲ ਮਾਫ਼ੀ ਮੰਗ। ਕੋਈ ਗੱਲ ਨਹੀਂ ਭੈਣੇ, ਜੇ ਵੱਡਿਆਂ ਦੇ ਗਲਤੀ ਕਰਨ 'ਤੇ ਵੀ ਛੋਟਿਆਂ ਨੂੰ ਮਾਫ਼ੀ ਮੰਗਣੀ ਪੈ ਜਾਵੇ ਤਾਂ ਮੈਂ ਮਾਫ਼ੀ ਮੰਗ ਲੈਂਦੀ ਹਾਂ। ਮੰਗ ਫਿਰ ਮਾਫ਼ੀ, ਵੱਡੇ ਖੁਸ਼ ਹੋਣੇ ਚਾਹੀਦੇ ਆ, ਛੋਟਿਆਂ ਦਾ ਕੀ ਆ, ਖੜੀ ਦੇਖੀ ਜਾਂਦੀ ਹਾਂ। ਮਾਸੀ ਜੀ ਮੈਨੂੰ ਮਾਫ਼ ਕਰ ਦਿਓ, ਮੇਰੇ ਤੋਂ ਸੱਚ ਬੋਲਿਆ ਗਿਆ, ਪਰ ਅੱਗੇ ਤੋਂ ਨਹੀਂ ਮੈਂ ਬੋਲਦੀ, ਧਿਆਨ ਰੱਖੂੰਗੀ। ਖੁਸ਼ ਹੋ ਮਾਸੀ ਜੀ, ਮਾਫ਼ੀ ਮੰਗਾਤੀ ਮੈਂ ਉਹ ਤੋਂ। ਉਹ ਮਾਫ਼ੀ ਮੰਗ ਕੇ ਨਹੀਂ ਗਈ, ਬਲਕਿ ਇੱਕ ਗਲਤੀ ਹੋਰ ਕਰਕੇ ਗਈ ਆ, ਮੈਨੂੰ ਗੱਲਾਂ ਸੁਣਾ ਕੇ ਗਈ ਆ ਕਿ ਉਹ ਸੱਚੀ ਆ ਅਤੇ ਮੈਂ ਝੂਠੀ। ਮੇਰੀ ਦੁਬਾਰਾ ਬੇਇੱਜ਼ਤੀ ਹੋਈ ਆ, ਜਿਹੜੀ ਤੁਹਾਨੂੰ ਨਜ਼ਰ ਨਹੀਂ ਆਈ ਪਰ ਮੈਨੂੰ ਆਈ ਆ। ਮੇਰੇ ਤੋਂ ਹੋਰ ਬੇਇੱਜ਼ਤੀ ਨਹੀਂ ਕਰਾਈ ਜਾਂਦੀ, ਮੈਂ ਹੁਣ ਚੱਲੀ ਹਾਂ ਇੱਥੋਂ। ਸੀਤੋ ਮੇਰੀ ਗੱਲ ਸੁਣ, ਅੱਜ ਇਹਨਾਂ ਨੇ ਮਿੱਠਾ ਬਣਾਉਣਾ, ਉਹ ਮਿੱਠੇ ਦਾ ਸ਼ਗਨ ਕਰਕੇ ਫਿਰ ਚਲੀ ਜਾਈ। ਬਣਾਈ ਜਾਵੇ ਮਿੱਠਾ, ਤੈਨੂੰ ਮੁਬਾਰਕ ਹੋਵੇ, ਜਿਸ ਹਿਸਾਬ ਨਾਲ ਮੈਨੂੰ ਬੋਲ ਕੇ ਗਈ ਹੈ ਨਾ, ਉਹਦਾ ਬਣਾਇਆ ਮਿੱਠਾ ਵੀ ਮੈਨੂੰ ਕੌੜਾ ਹੀ ਲੱਗਣਾ। ਸੀਤੋ ਬਸ ਕਰ, ਘਰ ਦੀ ਗੱਲ ਆ, ਕਿਉਂ ਤੂੰ ਗੱਲ ਨੂੰ ਵਧਾਈ ਜਾਂਦੀ ਆ? ਗੱਲ ਤਾਂ ਹੁਣ ਵੱਧ ਗਈ, ਮੈਂ ਚੱਲੀ ਹਾਂ, ਮੁੜ ਕੇ ਨਹੀਂ ਇੱਥੇ ਆਉਂਦੀ। ਪੁੱਤ ਤੂੰ, ਮੈਂ ਆਉਣ ਹੀ ਲੱਗੀ ਸੀ, ਆਹ ਦੇਖ ਟੈਚੀ ਚੱਕਿਆ ਹੋਇਆ, ਬਸ ਚੱਲੀ ਹੋਈ ਸੀ। ਮੰਮੀ, ਚੱਲੇ ਤਾਂ ਤੁਸੀਂ ਸੀਗੇ, ਪਰ ਲੱਗਦਾ ਇੱਥੇ ਬੰਬ ਸੁੱਟ ਕੇ ਚੱਲੇ ਹੋ, ਜਿਹੜਾ ਇੰਨਾ ਧੂੰਆਂ ਹੋਇਆ ਹੋਇਆ, ਉਹ ਲੱਗਦਾ ਇਹ ਵਿਆਹ ਵਾਲਾ ਘਰ ਆ। ਮਾਸੀ ਜੀ, ਕੀ ਗੱਲ ਹੋਈ ਆ, ਦੱਸੋਗੇ? ਪੁੱਤ ਕੋਈ ਗੱਲ ਨਹੀਂ ਹੋਈ, ਕੁਝ ਨਹੀਂ ਹੋਇਆ, ਚੱਲ ਆਪਾਂ ਚੱਲੀਏ। ਕਾਹ 'ਤੇ ਆਈ ਆ, ਐਕਟਿਵਾ 'ਤੇ ਆਈ ਆ? ਨਹੀਂ, ਹੈਲੀਕਾਪਟਰ 'ਤੇ।
ਉਹ ਐਕਟੀਵਾ ਤੇ ਹੀ ਆਉਣਾ ਸੀ। ਨਾਲੇ ਇੱਥੋਂ ਮੈਂ ਸਿੱਧਾ ਕੰਮ ਤੇ ਚੱਲੀ ਆ, ਘਰੇ ਪਹੁੰਚ ਜਾਓ, 5 ਵਜੇ ਤੱਕ ਮੈਂ ਘਰੇ ਵਾਪਸ ਆਉਣਾ। 5 ਵਜੇ ਕਿਉਂ ਪੁੱਤ, ਮੈਂ ਤਾਂ ਬਸ ਅੱਧੇ ਘੰਟੇ 'ਚ ਪਹੁੰਚ ਜਾਣਾ, ਮੈਂ ਬਸ ਨਿਕਲਣ ਲੱਗੀ ਆ। ਮਾਸੀ ਜੀ, ਤੁਹਾਨੂੰ ਪਤਾ ਨਾ ਮੰਮੀ ਦਾ ਸੁਭਾਅ ਕਿਹੋ ਜਿਹਾ, ਕਿਉਂ ਤੁਸੀਂ ਉਹਨਾਂ ਨੂੰ ਮੂਹਰੇ ਮੂਹਰੇ ਕੀਤਾ ਹੋਇਆ। ਉਹ ਖੁਸ਼ੀਆਂ ਵਾਲਾ ਘਰ ਆ, ਖੁਸ਼ੀਆਂ ਵਾਲਾ ਹੀ ਰਹਿਣ ਦਿਓ। ਨਾਲੇ ਭਾਬੀ ਜੀ, ਤੁਸੀਂ ਨਾ ਮੇਰੀ ਸੱਸ ਦੀ ਅੱਜ ਤੋਂ ਬਾਅਦ ਕੋਈ ਗੱਲ ਨਹੀਂ ਸੁਣਨੀ। ਉਹ ਅੱਜ ਤੱਕ ਮੈਨੂੰ ਹੀ ਨਹੀਂ ਸਮਝ ਆਇਆ ਵੀ ਉਹਨਾਂ ਨੂੰ ਆਪਣੇ ਦੁੱਖਾਂ ਦਾ ਇੰਨਾ ਦੁੱਖ ਨਹੀਂ ਹੁੰਦਾ ਜਿੰਨਾ ਕਿਸੇ ਦੀ ਖੁਸ਼ੀ ਦੇਖ ਕੇ ਦੁੱਖ ਹੁੰਦਾ। ਚੰਗਾ, ਖਿਆਲ ਰੱਖਿਓ। ਨਾਲੇ ਮਨਪ੍ਰੀਤ, ਭਾਬੀ ਨੂੰ ਨਾ ਸਮਝਾ ਦੇ ਮੇਰੀ ਸੱਸ ਬਾਰੇ, ਤੈਨੂੰ ਤਾਂ ਪਤਾ ਹੀ ਆ, ਅੱਗੇ ਤੋਂ ਖਿਆਲ ਰੱਖਣ। ਕੀ ਖਿਆਲ ਰੱਖਣ ਨੂੰ ਕਹਿ ਕੇ ਗਏ ਨੇ ਇਹ, ਮੇਰੇ ਤਾਂ ਗੱਲ ਹੀ ਨਹੀਂ ਪੱਲੇ ਪਈ। ਗੱਲ ਭਾਬੀ ਇਹ ਆ, ਨਵੀਂ ਭਾਬੀ ਇਹ ਕਹਿ ਕੇ ਗਈ ਆ ਵੀ ਮਾਸੀ ਦੀਆਂ ਗੱਲਾਂ 'ਚ ਨਹੀਂ ਆਉਣਾ। ਪਰ ਸਾਨੂੰ ਤਾਂ ਮਾਸੀ ਨੇ ਗੱਲਾਂ 'ਚ ਲਿਆ ਹੀ ਨਹੀਂ, ਇੰਨਾ ਵਧੀਆ ਤਾਂ ਸੁਭਾਅ, ਮੇਰੀ ਤਾਂ ਇੰਨੀ ਤਾਰੀਫ ਕਰਦੇ ਆ ਉਹ। ਤਾਰੀਫ ਅਤੇ ਪੰਪ ਦੋਨਾਂ ਵਿੱਚ ਫਰਕ ਹੁੰਦਾ ਭੈਣੇ। ਅਤੇ ਮੰਮੀ ਜੀ, ਤੁਸੀਂ ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਛੋਟਾ ਮੂੰਹ ਵੱਡੀ ਗੱਲ। ਮੈਂ ਮਾਸੀ ਦਾ ਸੁਭਾਅ ਉਦੋਂ ਹੀ ਸਮਝ ਗਈ ਸੀ ਜਦੋਂ ਆਪਾਂ ਮੱਥਾ ਟੇਕਣ ਗਏ ਸੀ ਅਤੇ ਉਹ ਗੱਡੀ 'ਚ ਪਿੱਛੇ ਬੈਠੇ ਤੁਹਾਡੇ ਕੰਨ ਭਰਦੇ ਪਏ ਸੀ। ਅਤੇ ਭੈਣੇ, ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ, ਕੱਚ ਦੀ ਵੀ ਹੁੰਦੀ ਆ, ਅਤੇ ਕੱਚ ਜਦੋਂ ਚੁੱਭਦਾ ਨਾ ਤਾਂ ਦਰਦ ਬਹੁਤ ਹੁੰਦਾ। ਚੱਲ ਹੁਣ ਛੱਡ, ਆ ਜਾ ਪਰ ਰਸੋਈ ਦੇ ਵਿੱਚ ਚੱਲੀਏ, ਮਿੱਠਾ ਵੀ ਬਣਾਉਣਾ। ਆ ਜਾ ਤੂੰ, ਚੱਲ ਮੈਂ ਆਉਂਦੀ ਹਾਂ। ਤੇਰਾ ਮਿੱਠਾ ਮੈਂ ਬਣਵਾਉਣੀ ਆ, ਬਾਲੀ ਮਿੱਠੀ ਹੋਈ ਫਿਰਦੀ ਆ ਨਾ, ਤੂੰ ਦੇਖ ਹੁਣ ਮੈਂ ਕੀ ਕਰਦੀ ਹਾਂ। ਭਾਬੀ, ਖੁਸ਼ਬੂ ਤਾਂ ਬੜੀ ਸੋਹਣੀ ਆ ਰਹੀ ਆ। ਮਨਪ੍ਰੀਤ, ਤੂੰ ਇੱਕ ਵਾਰੀ ਖਾ ਕੇ ਵੀ ਦੇਖੀ, ਖੁਸ਼ਬੂ ਤੋਂ ਵੱਧ ਸਵਾਦ ਬਣਿਆ ਹੋਊਗਾ। ਮਨਪ੍ਰੀਤ, ਤੂੰ ਇੱਥੇ ਕੀ ਕਰਦੀ ਆ? ਤੈਨੂੰ ਜ਼ਿਆਦਾ ਟੇਸਟੀ ਕੜਾਹ ਚਾਹੀਦਾ ਨਾ, ਤਾਂ ਤੂੰ ਜਾ ਇੱਥੋਂ, ਮੈਂ ਤੇ ਮਿੰਦੂ ਆਪੇ ਬਣਾ ਲਾਂਗੇ। ਤੈਨੂੰ ਪਤਾ ਜਦੋਂ ਅਸੀਂ ਪੇਕੇ ਵੀ ਦੋ ਜਾਣੀਆਂ ਇਕੱਠੀਆਂ ਚੀਜ਼ ਬਣਾਉਂਦੀਆਂ ਸੀ ਨਾ, ਬਹੁਤ ਸਵਾਦ ਬਣਦੀ ਸੀ। ਉਹ ਭਾਬੀ, ਉਹ ਤਾਂ ਮੈਨੂੰ ਪਤਾ ਵੀ ਤੁਸੀਂ ਬਣਾ ਲਓਗੇ, ਪਰ ਮੇਰੀ ਭਾਬੀਆਂ ਦੀ ਪਹਿਲੀ ਰਸੋਈ ਆ, ਮੈਂ ਤਾਂ ਨਾਲ ਹੀ ਖੜੂੰਗੀ, ਤੁਸੀਂ ਵੀ ਆ ਜਾਓ, ਆਪਾਂ ਤਿੰਨੇ ਬਣਾਉਂਦੇ ਹਾਂ। ਹਾਂ ਕਮਲੀ, ਵਿਆਹ ਕੇ ਤਾਂ ਅਸੀਂ ਦੋਨੇ ਆਈ ਹਾਂ, ਸਾਡੀ ਪਹਿਲੀ ਰਸੋਈ ਆ, ਸਾਡਾ ਹੱਕ ਆ, ਨਾਲੇ ਤਿੰਨ ਤਾਂ ਪਹਿਲਾਂ ਹੀ ਕਾਣੇ ਹੁੰਦੇ ਆ, ਸੁਣਿਆ ਨਹੀਂ ਕਦੇ? ਨਾਲੇ ਨਾ ਇਹ ਚੀਜ਼ ਸਵਾਦ ਨਹੀਂ ਬਣਨੀ, ਤੂੰ ਜਾ ਇੱਥੋਂ। ਕੀ ਬਣਾ ਰਹੀ ਆ ਮਿੰਦੋ? ਕੜਾ। ਦੇਖ ਮਿੰਦੋ, ਤੂੰ ਤਾਂ ਪਹਿਲਾਂ ਹੀ ਆ ਕੇ ਇੱਥੇ ਸੁਪਰ ਸਟਾਰ ਬਣ ਚੁੱਕੀ ਆ, ਤੈਨੂੰ ਮੈਂ ਦੱਸਿਆ ਸੀ ਤੂੰ ਬਹੁਤ ਨੰਬਰ ਬਣਾ ਚੁੱਕੀ ਆ, ਵਾਧੂ ਵਾਹਵਾ ਖੱਟ ਚੁੱਕੀ ਆ। ਹੁਣ ਨਾ ਭੈਣ ਬਣ ਕੇ ਤੈਨੂੰ ਪਤਾ ਹੀ ਆ ਮੈਨੂੰ ਤਾਂ ਕੜਾਹ ਬਣਾਉਣਾ ਨਹੀਂ ਆਉਂਦਾ। ਆਹ ਫਰਾਈ ਪੈਨ ਮੈਨੂੰ ਦੇ ਦੇ, ਮੈਨੂੰ ਬਣਾ ਲੈਣ ਦੇ, ਮੇਰੇ ਵੀ ਨੰਬਰ ਬਣ ਜਾਣਗੇ। ਠੀਕ ਆ ਭੈਣੇ, ਐਂ ਕਰੀ ਤੂੰ ਸਾਰਿਆਂ ਨੂੰ ਕਹਿ ਦੇ ਵੀ ਇਹ ਤੂੰ ਬਣਾਇਆ, ਮੈਂ ਕੁਛ ਹੋਰ ਬਣਾ ਦਿੰਦੀ ਹਾਂ। ਠੀਕ ਆ, ਆ ਜਾ ਫਿਰ ਇੱਧਰ ਆ ਜਾ। ਬਸ ਨਿਕਲ ਗਏ ਭਾਅ ਜੀ, ਥੋੜ੍ਹਾ ਜਿਹਾ ਟਾਈਮ ਦਿਓ। ਅਸਲ 'ਚ ਨਾ ਕੁਛ ਕੁ ਰਸਮਾਂ ਜਿਹੀਆਂ ਹੁੰਦੀਆਂ ਨੇ, ਉਹਦੇ ਕਰਕੇ ਘਰ ਹੀ ਬੈਠੇ ਹਾਂ। ਹਾਂ ਹਾਂ ਭਾਅ ਜੀ, ਬਸ ਫ੍ਰੀ ਹੋ ਗਏ, ਅਸੀਂ ਆ ਗਏ ਤੁਹਾਡੇ ਕੋਲ। ਚੰਗਾ ਜੀ। ਯਾਰ ਪਾਰਟੀ ਦਾ ਫੋਨ 'ਤੇ ਫੋਨ ਆਈ ਜਾਂਦਾ, ਉਹ ਕਹਿੰਦੇ ਕਿੱਥੇ ਹੋ, ਅਸੀਂ ਤੁਹਾਡੇ ਦਫ਼ਤਰ ਬੈਠੇ ਹਾਂ, ਜਲਦੀ ਆਓ। ਮੰਮੀ ਫਿਰ ਕਿਸੇ ਦਿਨ ਕਰ ਲਿਓ ਯਾਰ,
ਮਾਪੇ ਕਿੰਨਾ ਟਾਈਮ ਲੱਗਣਾ ਹੋਰ? ਬਸ ਵੀਰੇ ਤਿਆਰ ਹੀ ਆ, ਆਉਣ ਵਾਲੇ ਹੀ ਹੋਣੇ ਆ। ਤੂੰ ਪਾਰਟੀ ਵਾਲੇ ਨੂੰ ਕਹਿ ਉਹਦਾ ਵਿਆਹ ਨਹੀਂ ਹੋਇਆ, ਜਿਹੜੀ ਰਸਮ ਕਰਨੀ ਆ ਉਹ ਕਰਕੇ ਹੀ ਜਾਣਾ ਤੈਂ। ਉਹ ਨਹੀਂ ਮੰਮੀ, ਪਾਰਟੀ ਵਾਲੇ ਨਹੀਂ ਸਮਝਦੇ, ਉਹ ਤਾਂ ਪੱਥਰ 'ਤੇ ਲਕੀਰ ਹੁੰਦੇ ਨੇ, ਜੇ ਟਾਈਮ 'ਤੇ ਡਿਲੀਵਰੀ ਨਾ ਦਿਓ ਨਾ ਵੈਸੇ ਹੀ ਚੰਬਲ ਜਾਂਦੇ ਨੇ, ਜੇ ਆਰਡਰ ਟਾਈਮ 'ਤੇ ਨਾ ਦਈਏ ਨਾ ਕੈਂਸਲ ਕਰਨ ਨੂੰ ਮਿੰਟ ਲਾਉਂਦੇ ਨੇ। ਵੀਰੇ ਹੁਣ ਕੰਮ ਦੀਆਂ ਗੱਲਾਂ ਨਾ ਘਰੇ ਨਾ ਕਰੋ, ਉਹ ਆਪਾਂ ਜਿਹੜੇ ਕੰਮ ਲਈ ਬੈਠੇ ਹਾਂ ਉਹ ਕਰ ਲਈਏ। ਭਾਬੀ ਆ ਜਾਓ ਹੁਣ। ਉਹ ਸੁਣਦੇ ਆ, ਦਰਵਾਜ਼ਾ ਤੁਸੀਂ ਬੰਦ ਕੀਤਾ ਹੋਇਆ, ਸਾਨੂੰ ਜਾਣ ਨਹੀਂ ਦਿੰਦੇ। ਮੰਮੀ ਰੋਟੀ ਦਾ ਟਾਈਮ ਹੋਇਆ ਹੋਇਆ, ਭੁੱਖ ਅੱਗੇ ਲੱਗੀ ਆ, ਉੱਧਰ ਗਾਹਕ ਬੈਠਾ, ਛੇਤੀ ਕਰ ਲਓ ਯਾਰ ਛੇਤੀ। ਉਹ ਆ ਜਾਓ ਹੁਣ, ਕੀ ਕਰਨ ਲੱਗ ਗਏ? ਤੂੰ ਕਿਵੇਂ ਬੋਲਦਾ, ਥੋੜ੍ਹਾ ਪਿਆਰ ਨਾਲ ਬੋਲ ਲਾ, ਰਸੋਈ ਦੇ ਵਿੱਚ ਪਹਿਲਾ ਦਿਨ ਆ ਉਹਨਾਂ ਦਾ। ਆ ਜਾਓ ਜੀ, ਅਸੀਂ ਜਾਣਾ, ਜਲਦੀ ਆ ਜਾਓ। ਠੀਕ ਹੈ ਠੀਕ ਹੈ, ਆ ਗਏ ਜੀ ਆ ਗਏ। ਆ ਲਓ ਮੇਰੇ ਹੱਥ ਦਾ ਗਰਮਾ ਗਰਮ ਕੜਾਹ, ਮਤਲਬ ਹਲਵਾ, ਮੈਂ ਬਣਾਇਆ ਆਪਣੇ ਹੱਥ ਨਾਲ ਪੂਰੇ ਪਿਆਰ ਨਾਲ, ਖਾ ਕੇ ਦੱਸੋ ਕਿਵੇਂ ਲੱਗਿਆ। ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਭਾਬੀ ਤੁਸੀਂ ਵੀ ਹਲਵਾ ਬਣਾਇਆ, ਮਤਲਬ ਕੜਾਹ ਬਣਾਇਆ? ਜਦ ਮੈਂ ਰਸੋਈ 'ਚ ਸੀ ਉਦੋਂ ਤਾਂ ਛੋਟੇ ਭਾਬੀ ਬਣਾਉਂਦੇ ਪਏ ਸੀਗੇ, ਤੁਸੀਂ ਕਿਹੜੇ ਵੇਲੇ ਬਣਾਇਆ? ਉਹ ਅਸਲ ਮੈਂ ਨਾ ਮਿੰਦੋ ਨੂੰ ਬਣਾਉਣਾ ਨਹੀਂ ਆਉਂਦਾ ਹੈਗਾ, ਕੜਾਹ ਤਾਂ ਮੈਂ ਹੀ ਬਣਾਇਆ ਵਾ। ਉਹਨੂੰ ਤਾਂ ਬਸ ਇੰਨਾ ਕੁ ਪਤਾ, ਕੜਾਹੀ 'ਚ ਘਿਓ ਪਾ ਦਿਉ, ਆਟਾ ਪਾ ਦਿਉ, ਅਸਲੀ ਸਵਾਦ ਤਾਂ ਫਿਰ ਬਣਾਉਣ ਵਾਲੇ ਦੇ ਹੱਥ ਨਾਲ ਹੀ ਆਉਂਦਾ ਨਾ। ਨਾਲੇ ਮਨਪ੍ਰੀਤ ਤੂੰ ਤਾਂ ਉੱਥੋਂ ਚਲੀ ਗਈ ਸੀ, ਉੱਥੇ ਹੈ ਹੀ ਨਹੀਂ ਸੀ, ਤੈਨੂੰ ਕਿਵੇਂ ਪਤਾ ਕੜਾਹ ਮਿੰਦੋ ਨੇ ਬਣਾਇਆ ਕਿ ਮੈਂ ਬਣਾਇਆ? ਭਾਬੀ ਜੇ ਤੁਸੀਂ ਕੜਾਹ ਬਣਾਇਆ ਤਾਂ ਮਿੰਦੋ ਭਾਬੀ ਨੇ ਕੀ ਬਣਾਇਆ? ਹੁਣ ਇਹ ਨਹੀਂ ਮੈਨੂੰ ਪਤਾ ਉਹਨੇ ਕੀ ਬਣਾਇਆ। ਚੱਲ ਮਨਪ੍ਰੀਤ, ਜਿਹਨੇ ਮਰਜ਼ੀ ਬਣਾਇਆ ਹੋਵੇ, ਭੁੱਖ ਲੱਗੀ ਆ, ਫੋਨ 'ਤੇ ਫੋਨ ਵੱਜੀ ਜਾਂਦਾ, ਅਸੀਂ ਜਾਣਾ, ਚੱਕ ਯਾਰ, ਚੱਲ ਚੱਕ ਚੱਕ, ਜਲਦੀ ਖਾ ਲਓ। ਪੁੱਤ ਕੜਾਹ ਦਾ ਤੂੰ ਬਹੁਤ ਸਵਾਦ ਬਣਾਇਆ। ਮੰਮੀ ਇੱਦਾਂ ਹੀ ਆ, ਫਿਰ ਮੈਂ ਤਾਂ ਵੱਟ ਕੱਢ ਦਿੰਦੀ ਹਾਂ ਹਰੇਕ ਚੀਜ਼ ਦੇ, ਚੀਜ਼ ਬਹੁਤ ਸਵਾਦ ਬਣਾਉਂਦੀ ਹਾਂ ਮੈਂ। ਭਾਬੀ ਪਤਾ ਲੱਗ ਗਿਆ ਸਾਨੂੰ ਸਵਾਦ ਬਣਾਉਂਦੇ ਹੋ, ਤੂੰ ਖਾ ਛੇਤੀ। ਲੈ ਭਾਬੀ ਫਿਨਿਸ਼ ਹੋ ਗਿਆ ਮੇਰਾ, ਅਸੀਂ ਘਰ ਗਿਆ, ਠੀਕ ਹੈ? ਚੱਲ ਬਈ ਬਈ, ਦੋ ਮਿੰਟ ਰੁਕ ਜਾਓ, ਉਹ ਮਿੰਦਰ ਨੂੰ ਤਾਂ ਦੇਖ ਲਈਏ ਉਹਨੇ ਕੀ ਬਣਾਇਆ। ਮੰਮੀ ਹੁਣ ਤੁਸੀਂ ਦੇਖ ਲਿਓ, ਸਾਨੂੰ ਭੁੱਖ ਵੀ ਲੱਗੀ ਆ, ਅਸੀਂ ਰੋਟੀ ਵੀ ਖਾਣੀ ਆ, ਆਪਾਂ ਬਾਹਰ ਰੋਟੀ ਖਾ ਲਾਂਗੇ ਯਾਰ, ਸਾਨੂੰ ਜਾ ਲੈਣ ਦੇ ਮੰਮੀ, ਉਹ ਬੰਦਾ ਇੰਤਜ਼ਾਰ ਕਰਦਾ ਪਿਆ ਸਾਡਾ, ਸਮਝਿਆ ਕਰ, ਜਾਣ ਦੇ ਸਾਨੂੰ। ਵੀਰੇ ਕੀ ਗੱਲ ਆ, ਦੋ ਮਿੰਟ ਬਹਿ ਜਾਓ, ਭਾਬੀ ਆ ਜਾਓ, ਤੁਸੀਂ ਵੀ ਲੈ ਆਓ ਜਲਦੀ। ਆ ਗਈ ਜੀ ਆ ਗਈ, ਆ ਲਓ ਗਰਮਾ ਗਰਮ ਮਿੱਠੀਆਂ ਰੋਟੀਆਂ। ਰੋਟੀਆਂ? ਓ ਯਾਰ ਗੱਲ ਬਣ ਗਈ, ਆ ਜਾ, ਹੁਣ ਆਪਾਂ ਨੂੰ ਬਾਹਰ ਰੋਟੀ ਨਹੀਂ ਖਾਣੀ ਪੈਣੀ। ਥੈਂਕ ਯੂ ਸੋ ਮਚ। ਬਹੁਤ ਸਵਾਦ ਆ, ਚੱਕੋ ਮੰਮੀ, ਆ ਲਓ ਆ ਕੇ ਦੱਸੋ ਕਿਵੇਂ ਆ। ਪਰ ਮਿੱਠੀਆਂ ਰੋਟੀਆਂ ਦਾ ਆਈਡੀਆ ਤੇਰੇ ਮਾਈਂਡ 'ਚ ਆਇਆ ਕਿਵੇਂ? ਅਸਲ 'ਚ ਤੁਸੀਂ ਮੈਨੂੰ ਸਵੇਰੇ ਦੱਸਿਆ ਸੀਗਾ ਵੀ ਤੁਸੀਂ ਕਿਤੇ ਜ਼ਰੂਰੀ ਕੰਮ ਜਾਣਾ, ਅਤੇ ਤੁਸੀਂ ਰੋਟੀ ਵੀ ਨਹੀਂ ਸੀ ਖਾਧੀ। ਮੈਂ ਕਿਹਾ ਚਲੋ ਮਿੱਠੀਆਂ ਰੋਟੀਆਂ ਵੀ ਲੈ ਜਾਣਗੀਆਂ ਅਤੇ ਤੁਹਾਡੀ ਭੁੱਖ ਵੀ ਮਿਟ ਜੂਗੀ। ਬਹੁਤ ਵਧੀਆ ਕੀਤਾ, ਚੱਲ ਬਈ ਐਂ ਕਰ, ਗੋਲ ਕਰ, ਆਹ ਚੱਕ ਰੋਟੀ, ਮੰਮੀ ਹੋਰ ਲੈ ਲਿਓ, ਹੋਰ ਹੈਗੀਆਂ ਨੇ ਨਾ? ਹਾਂਜੀ ਹਾਂਜੀ, ਬਸ ਫਿਰ ਅਸੀਂ ਰਾਜ ਜਾਂਦੇ ਖਾਵਾਂਗੇ, ਅਤੇ ਤੁਸੀਂ ਇੰਜੋਏ ਕਰੋ, ਅਸੀਂ ਕੰਮ ਚੱਲਦੇ ਹਾਂ। ਥੈਂਕ ਯੂ ਸੋ ਮਚ। ਲੈ ਰੋਟੀਆਂ ਤਾਂ ਉਹ ਸਾਰੀਆਂ ਲੈ ਗਏ, ਰੋਟੀਆਂ ਹੋਰ ਹੈਗੀਆਂ ਨੇ? ਮੰਮੀ
ਜੇ ਇਹਨਾਂ ਨੇ ਸਵੇਰ ਦੀ ਰੋਟੀ ਨਹੀਂ ਖਾਧੀ ਫਿਰ ਤੁਸੀਂ ਕਿਹੜਾ ਖਾਧੀ ਆ? ਇੱਕ ਮਿੰਟ ਰੁਕੋ, ਮੈਂ ਹੁਣ ਹੀ ਆਈ। ਆ ਲਓ ਮੰਮੀ, ਜਿੰਨੀ ਮਰਜ਼ੀ ਰੋਟੀ ਖਾਓ, ਸਾਰਿਆਂ ਵਾਸਤੇ ਬਣਾਈ ਆ, ਰੱਜ ਕੇ ਖਾਓ। ਹਾਂਜੀ ਭੈਣੇ, ਬੁਲਾਇਆ ਸੀ? ਤੂੰ ਆਪਦੇ ਆਪ ਨੂੰ ਸਮਝਦੀ ਕੀ ਆ? ਬਹੁਤ ਸ਼ਾਤਰ ਬਣਦੀ ਆ, ਮੇਰੀ ਬੇਇੱਜ਼ਤੀ ਕਰਕੇ ਤੈਨੂੰ ਬਹੁਤ ਚੰਗਾ ਲੱਗਦਾ। ਭੈਣੇ ਹੁਣ ਮੈਂ ਕੀ ਕੀਤਾ, ਕਿਹੜੀ ਤੇਰੀ ਬੇਇੱਜ਼ਤੀ ਕਰਾਈ ਆ ਮੈਂ? ਉਹ ਮੈਂ ਤਾਂ ਆਪਣੇ ਹੱਥੀ ਬਣਾਇਆ ਹੋਇਆ ਕੜਾਹ ਵੀ ਤੈਨੂੰ ਦੇਤਾ ਸੀ। ਹਾਂ ਦੇਤਾ ਸੀ, ਪਰ ਤੂੰ ਮੈਨੂੰ ਇਹ ਦੱਸਿਆ ਵੀ ਤੂੰ ਮਿੱਠੀਆਂ ਰੋਟੀਆਂ ਬਣਾਉਣੀਆਂ ਨੇ, ਤੂੰ ਮੈਨੂੰ ਰੋਟੀਆਂ ਨਹੀਂ ਸੀ ਦੇ ਸਕਦੀ, ਨਾ ਜਾਣੇ ਵੀ ਨਾ ਤੂੰ ਆਪਦੇ ਨੰਬਰ ਬਣਾਉਣੇ ਹੁੰਦੇ ਆ। ਭੈਣੇ ਤੂੰ ਜਿਵੇਂ ਮੈਨੂੰ ਕਹੀ ਜਾਂਦੀ ਆ ਮੈਂ ਉਵੇਂ ਕਰੀ ਤਾਂ ਜਾਂਦੀ ਹਾਂ। ਤੈਂ ਮੈਨੂੰ ਕੜਾਹ ਦੇਣ ਨੂੰ ਕਿਹਾ ਸੀ, ਮੈਂ ਦਿੱਤਾ ਨਾ ਤੈਨੂੰ। ਹੁਣ ਜੇ ਪਹਿਲੀ ਰਸੋਈ ਤੇਰੀ ਸੀ ਤਾਂ ਪਹਿਲੀ ਰਸੋਈ ਮੇਰੀ ਵੀ ਤਾਂ ਸੀਗੀ, ਮੈਂ ਵੀ ਤਾਂ ਕੁਛ ਬਣਾ ਕੇ ਦੇਣਾ ਹੀ ਸੀ। ਹੁਣ ਇਹ ਥੋੜ੍ਹੀ ਨਾ ਹੋਊਗਾ ਵੀ ਤੁਹਾਡੀ ਬੱਲੇ ਬੱਲੇ ਹੋਈ ਜਾਵੇ ਅਤੇ ਮੈਂ ਕੁਛ ਕਰਾਂ ਹੀ ਨਾ। ਚਾਹੇ ਬੇਇੱਜ਼ਤੀ ਤੇਰੀ ਹੋਵੇ ਚਾਹੇ ਬੇਇੱਜ਼ਤੀ ਮੇਰੀ ਹੋਵੇ, ਬੇਇੱਜ਼ਤੀ ਹੋ ਤਾਂ ਆਪਣੀ ਰਹੀ ਹੈ ਨਾ, ਅਤੇ ਆਪਣੇ ਤੋਂ ਵੱਧ ਆਪਣੇ ਮਾਂ ਪਿਓ ਦੀ ਬੇਇੱਜ਼ਤੀ ਹੋਊਗੀ। ਉਹ ਕੀ ਸੋਚਣਗੇ ਸਾਰੇ ਜਾਣੇ ਵੀ ਇਹਨਾਂ ਦੇ ਮਾਂ ਪਿਓ ਨੇ ਇਹਨਾਂ ਨੂੰ ਇਹੀ ਸੰਸਕਾਰ ਦਿੱਤੇ ਨੇ। ਆਪਾਂ ਨੂੰ ਤਾਂ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ, ਅਤੇ ਮੈਂ ਤੁਹਾਡਾ ਹਰ ਥਾਂ 'ਤੇ ਸਾਥ ਦਿੰਦੀ ਪਈ ਹਾਂ। ਪਰ ਭੈਣੇ ਤੁਸੀਂ ਮੇਰੇ ਨਾਲ ਇੱਕ ਵਾਅਦਾ ਕੀਤਾ ਸੀ ਵੀ ਚਾਹੇ ਪੇਕਾ ਘਰ ਹੋਵੇ ਚਾਹੇ ਸਹੁਰਾ ਘਰ ਹੋਵੇ ਤੁਸੀਂ ਹਮੇਸ਼ਾ ਮੇਰੇ ਨਾਲ ਰਹੋਗੇ, ਹਰ ਗੱਲ 'ਚ ਮੇਰਾ ਸਾਥ ਦਿਓਗੇ, ਪਰ ਤੁਸੀਂ ਆਪਣੇ ਵਾਅਦੇ ਤੋਂ ਮੁੱਕਰੀ ਜਾਂਦੇ ਹੋ। ਮੈਂ ਮੁੱਕਰਦੀ ਨਹੀਂ ਪਈ, ਮੈਂ ਤਾਂ ਬਸ ਇਹ ਕਹਿ ਰਹੀ ਹਾਂ ਵੀ ਮੈਂ ਵੱਡੀ ਹਾਂ ਅਤੇ ਕਿਰਦਾਰ ਤੇਰਾ ਵੱਡਾ ਹੋਈ ਜਾਂਦਾ ਅਤੇ ਮੈਨੂੰ ਕੋਈ ਕੁਛ ਸਮਝਦਾ ਹੀ ਨਹੀਂ। ਦੀਦੀ ਇਹਦੇ ਵਿੱਚ ਵੀ ਸਾਰਾ ਕਸੂਰ ਤੁਹਾਡਾ ਹੀ ਆ, ਉਹ ਰੋਟੀ ਪਾਣੀ ਬਣਾਉਣਾ ਸਿੱਖ ਲੈਂਦੇ ਉਦੋਂ ਤੁਸੀਂ ਕੁਛ ਸਿੱਖਿਆ ਨਹੀਂ। ਮੰਮੀ ਭਾਬੀ ਮੈਂ ਉਹ ਜਦੋਂ ਤੁਹਾਨੂੰ ਕਹਿੰਦੇ ਹੁੰਦੇ ਸੀ ਵੀ ਕੰਮ ਦੇ ਵਿੱਚ ਹੱਥ ਵਟਾ ਦਿਓ ਉਦੋਂ ਤਾਂ ਤੁਸੀਂ ਸੁਣਦੇ ਨਹੀਂ ਸੀ, ਅਤੇ ਉਹਦਾ ਨਤੀਜਾ ਤੁਹਾਨੂੰ ਅੱਜ ਭੁਗਤਣਾ ਪੈ ਰਿਹਾ। ਹੁਣ ਤੂੰ ਵੀ ਮੈਨੂੰ ਮੇਰੀਆਂ ਕਮੀਆਂ ਗਿਣਾਉਣ ਲੱਗ ਜਾ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੈਂ ਕਿੰਨੀ ਕੁ ਦੇਰ ਘਰਦਿਆਂ ਤੋਂ ਇਹ ਗੱਲ ਲੁਕੋ ਕੇ ਰੱਖੂੰਗੀ ਅਤੇ ਕਿੰਨੇ ਟਾਈਮ ਦੇ ਵਿੱਚ ਮੈਂ ਰੋਟੀ ਪਾਣੀ ਬਣਾਉਣਾ ਸਿੱਖੂੰਗੀ। ਦੀਦੀ ਤੁਸੀਂ ਕਿਉਂ ਟੈਨਸ਼ਨ ਲਈ ਆ, ਜੇ ਤੁਸੀਂ ਰੋਟੀ ਪਾਣੀ ਬਣਾਉਣਾ ਸਿੱਖਣਾ ਚਾਹੁੰਦੇ ਹੋ ਨਾ ਤੁਹਾਨੂੰ ਮੈਂ ਸਿਖਾਉਂਗੀ, ਬਸ ਤੁਸੀਂ ਰਸੋਈ ਦੇ ਵਿੱਚ ਮੇਰੇ ਨਾਲ ਰਹਿਣਾ ਅਤੇ ਸਾਰੇ ਕੰਮਾਂ ਦੇ ਵਿੱਚ ਹੱਥ ਵਟਾਉਣਾ। ਦੇਖ ਜੇ ਤੂੰ ਮੈਨੂੰ ਕਹੇਂਗੀ ਆਲੂ ਕੱਟ ਪਿਆਜ਼ ਕੱਟ ਕੋਈ ਸਬਜ਼ੀ ਕੱਟ ਉਹ ਕੰਮ ਨਹੀਂ ਮੈਂ ਕਰਨੇ, ਮੈਂ ਤੇਰੀ ਹੈਲਪਰ ਨਹੀਂ ਹੈਗੀ, ਮੈਨੂੰ ਆਪ ਨੂੰ ਕੰਮ ਆਉਣਾ ਚਾਹੀਦਾ। ਪਰ ਭੈਣੇ ਕੰਮ ਤਾਂ ਹੀ ਆਊਗਾ ਤੈਨੂੰ ਜੇ ਤੂੰ ਕੰਮ ਸਿੱਖੇਂਗੀ, ਬਿਨਾਂ ਸਿੱਖੇ ਥੋੜ੍ਹੀ ਕੰਮ ਆਜੂਗਾ। ਆ ਜਾਂਦਾ ਹੁੰਦਾ, ਬਸ ਮੈਨੂੰ ਪਤਾ ਹੋਣਾ ਚਾਹੀਦਾ ਵੀ ਬਣਨਾ ਕਿਵੇਂ ਆ। ਮਤਲਬ ਸਾਫ ਸਾਫ ਕਹੋ ਦੀਦੀ, ਕਹਿਣਾ ਕੀ ਚਾਹੁੰਦੇ ਹੋ? ਤਾਂ ਸਾਫ ਸਾਫ ਸੁਣ ਫਿਰ, ਰੋਟੀ ਸਬਜ਼ੀ ਕੜੀ ਇਹ ਸਾਰਾ ਕੁਛ ਨਾ ਮੈਨੂੰ ਸਿਰਫ ਬਣਾਉਣ ਦੀ ਨੌਲੇਜ ਹੋਣੀ ਚਾਹੀਦੀ ਆ ਵੀ ਇਹ ਕਿਵੇਂ ਬਣਦਾ, ਤੇ ਬਣਾਏਂਗੀ ਤੂੰ। ਮਤਲਬ ਤੁਹਾਡੇ ਕੰਮ ਮੈਂ ਕਰਿਆ ਕਰੂੰਗੀ? ਹਾਂ ਬਣਾਏਂਗੀ ਤੂੰ, ਤੇ ਸਾਰਿਆਂ ਨੂੰ ਇਹ ਕਹੇਂਗੀ ਕਿ ਇਹ ਸਾਰਾ ਕੁਛ ਮੇਰੀ ਵੱਡੀ ਭੈਣ, ਕਿਉਂ ਭੁੱਲ ਜਾਂਦੀ ਹਾਂ ਮੈਂ,
ਮੇਰੀ ਜਠਾਣੀ ਨੇ ਬਣਾਇਆ ਤੇ ਤੂੰ ਜੇ ਮੇਰੀ ਇਹ ਗੱਲ ਨਾ ਮੰਨੀ ਨਾ ਤਾਂ ਤੂੰ ਦੇਖੀ ਜਾਈ ਤੇਰਾ ਹਾਲ ਮੈਂ ਕੀ ਕਰਦੀ ਹਾਂ।